ਅਜੀਤ ਵੈੱਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟੈਣਾ, ਹਾਜ਼ਰ ਹਾਂ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਤੇਜ਼ ਪਾਣੀ ਦੇ ਵਹਾਅ ਕਾਰਨ ਦੋ ਸਿੱਖ ਨੌਜਵਾਨਾਂ ਨੇ ਆਪਣੀ ਪੱਗ ਨੂੰ ਲਟਕਾ ਕੇ ਕੁਝ ਨੌਜਵਾਨਾਂ ਨੂੰ ਬਚਾਇਆ। ਫਗਵਾੜਾ ਵਿੱਚ ਪੁਲਿਸ ਨੇ ਛਾਪੇਮਾਰੀ ਦੌਰਾਨ ਇੱਕ ਗਿਰੋਹ ਦੇ 5 ਲੋਕਾਂ ਨੂੰ ਕੀਤਾ ਗ੍ਰਿਫਤਾਰ। ਇੰਡੀਅਨ ਨੈਸ਼ਨਲ ਓਵਰਸੀਜ਼ ਦੇ ਕਾਂਗਰਸ ਪ੍ਰਧਾਨ ਜੁਨੇਦ ਕਾਜ਼ੀ ਨੇ ਦਿੱਤਾ ਅਸਤੀਫਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਤੋਂ ਅੱਜ ਰਵਾਨਾ। ਤੇ ਹੁਣ ਖਬਰਾਂ ਦੀ ਤਫਸੀਲ। ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਤੇਜ਼ ਪਾਣੀ ਦੇ ਵਹਾਅ ਵਾਲੀ ਨਹਿਰ ਵਿੱਚ ਦੋ ਸਿੱਖ ਨੌਜਵਾਨਾਂ ਨੇ ਪਾਣੀ ਦੀਆਂ ਤੇਜ਼ ਛੱਲਾਂ ਵਿੱਚ ਪੱਗ ਨੂੰ ਲਟਕਾ ਕੇ ਨੌਜਵਾਨਾਂ ਨੂੰ ਬਚਾਇਆ ਹੈ। ਇਹ ਵੀਡੀਓ ਚਰਚਾ ਵਿੱਚ ਹੈ। ਸਿੱਖ ਕੌਮ ਦੀ ਬਹਾਦਰੀ ਦੇ ਕਾਰਨਾਮੇ ਅਕਸਰ ਸਾਡੇ ਸਾਹਮਣੇ ਆਉਂਦੇ ਰਹਿੰਦੇ ਨੇ। ਤਾਜ਼ਾ ਮਾਮਲਾ ਸਾਹਮਣੇ ਆਇਆ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੁੱਲਰ ਘਰਾਟ ਦਾ, ਜਿੱਥੇ ਇੰਦਰਜੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਨਾਂ ਦੇ ਦੋ ਸਿੱਖ ਨੌਜਵਾਨਾਂ ਨੇ ਫੁਰਤੀ ਦਿਖਾਈ ਅਤੇ ਪਾਣੀ ਦੇ ਤੇਜ਼ ਵਹਾਅ 'ਚੋਂ ਆਪਣੀ ਪੱਗ ਲਮਕਾ ਕੇ ਕੁਝ ਨੌਜਵਾਨਾਂ ਨੂੰ ਬਚਾਇਆ। ਦਰਅਸਲ ਗਣੇਸ਼ ਵਿਸਰਜਨ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਤੋਂ ਕਈ ਗਣੇਸ਼ ਭਗਤਾਂ ਦੀਆਂ ਟੋਲੀਆਂ ਗਣੇਸ਼ ਮਹਾਰਾਜ ਦੀ ਮੂਰਤੀ ਨੂੰ ਵਿਸਰਜਿਤ ਕਰਨ ਲਈ ਪਿੰਡ ਸੁੱਲਰ ਘਰਾਟ ਦੀ ਨਦਾਮਪੁਰ ਘੱਗਰ ਨਹਿਰ ਪਹੁੰਚੇ ਸੀ, ਜਿੱਥੇ ਪਾਣੀ ਦਾ ਵਹਾਅ ਤੇਜ਼ ਸੀ ਅਤੇ ਕੁਝ ਲੋਕ ਨਹਾਉਣ ਵਾਸਤੇ ਨਹਿਰ 'ਚ ਵੜ ਗਏ। ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਨੌਜਵਾਨ ਡੁੱਬਣ ਦੀ ਕਗਾਰ 'ਤੇ ਆ ਗਏ ਅਤੇ ਦੋ ਸਿੱਖ ਨੌਜਵਾਨਾਂ ਨੇ ਮਸ਼ੱਕਤ ਅਤੇ ਦਲੇਰੀ ਦੇ ਨਾਲ ਕੁਝ ਨੌਜਵਾਨਾਂ ਨੂੰ ਬਚਾਇਆ। ਜ਼ਿਲ੍ਹਾ ਸੰਗਰੂਰ 'ਚ ਸਿੱਖ ਨੌਜਵਾਨਾਂ ਨੇ ਕਈ ਨੌਜਵਾਨਾਂ ਨੂੰ ਮੌਤ ਦੇ ਮੂੰਹੋਂ ਬਾਹਰ ਕੱਢ ਕੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਕੱਲ੍ਹ ਅਸੀਂ ਗਣੇਸ਼ ਵਿਸਰਜਨ 'ਤੇ ਗਏ ਸੀ ਅਤੇ ਉੱਥੇ ਇਹ ਨਹਿਰ ਦਾ ਵਹਾਅ ਤੇਜ਼ ਸੀ ਅਤੇ ਉੱਥੇ ਇੱਕ ਸਰਦਾਰ ਜੀ ਨੇ ਸਾਡੀ ਪਗੜੀ ਦੇੜ ਕੇ ਮਦਦ ਕੀਤੀ ਸੀ, ਉਹਦਾ ਹੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ। ਜਦੋਂ ਸਾਨੂੰ ਪਤਾ ਲੱਗਿਆ ਕਿ ਬੱਚੇ ਵਿੱਚ ਡੁੱਬਣਾ ਸ਼ੁਰੂ ਵਿੱਚ ਡੁੱਬ ਰਹੇ ਨੇ ਤਾਂ ਉੱਥੇ ਕੁਦਰਤੀ ਇੱਕ ਤਾਰ ਪਈ ਸੀ, ਉਹਦੇ ਵਿੱਚ ਵਾਲੇ ਜੋੜ ਸੀਗਾ, ਉਹਦੇ ਨਾਲ ਪਹਿਲਾਂ ਇੱਕ ਬੱਚਾ ਬਚਾਇਆ ਅਤੇ ਕੁਛ ਟਾਈਮ ਬਾਅਦ ਇੱਕ ਬੱਚਾ ਹੋਰ ਡੁੱਬਣ ਜਦੋਂ ਜਾ ਰਿਹਾ ਸੀਗਾ ਤਾਂ ਕੁਦਰਤੀ ਇੱਕ ਫਿਰ ਉਹ ਦੁਬਾਰਾ ਤਾਰ ਸਿੱਟੀ ਗਈ ਤਾਂ ਉਹਦੇ ਵਿੱਚ ਜੋੜ ਹੋਣ ਕਰਕੇ ਉਹ ਤਾਰ ਟੁੱਟ ਗਈ ਤਾਂ ਫਿਰ ਦਸਤਾਰ ਨੂੰ ਇੱਕ ਵਾਰ ਫਿਰ ਮੈਂ ਕੁਦਰਤੀ ਆਪਣੀ ਦਸਤਾਰ ਲਾ ਕੇ ਵਿੱਚ ਸੱਟੀ ਤਾਂ ਉਹ ਬੱਚਾ ਬਚ ਗਿਆ। ਉਸ ਤੋਂ ਕੁਦਰਤੀ ਕੁਛ ਦੇਰ ਬਾਅਦ ਹੋਰ ਤਾਂ ਇੱਕ ਬੱਚਾ ਹੋਰ ਡੁੱਬਣ ਲੱਗਿਆ ਤਾਂ ਦੋ ਬੱਚਿਆਂ ਨੇ ਵਿੱਚ ਹੋਰ ਛਾਲ ਮਾਰੀ ਉਹਨੂੰ ਬਚਾਉਣ ਦੇ ਚੱਕਰ 'ਚ ਤਾਂ ਉਹ ਵੀ ਡੁੱਬ ਚੱਲੇ ਸੀਗੇ ਤਾਂ ਉਹਨਾਂ ਨੂੰ ਵੀ ਦਸਤਾਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਅੱਜ ਫਗਵਾੜਾ ਵਿੱਚ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦ ਪੁਲਿਸ ਨੇ ਇੱਕ ਗਿਰੋਹ ਦੇ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਗਿਰੋਹ ਸੁਪਾਰੀਆਂ ਲੈ ਕੇ ਜ਼ਮੀਨਾਂ ਉੱਤੇ ਕਬਜ਼ੇ ਕਰਵਾਉਣ ਦਾ ਕੰਮ ਕਰਦਾ ਸੀ। ਕਪੂਰਥਲਾ ਦੀ ਫਗਵਾੜਾ ਪੁਲਿਸ ਨੇ ਅਲੱਗ ਅਲੱਗ ਪਾਰਟੀਆਂ ਬਣਾ ਕੇ ਪਿੰਡ ਰਾਸਗੜ੍ਹ 'ਚ ਛਾਪੇਮਾਰੀ ਕੀਤੀ ਅਤੇ 5 ਦੋਸ਼ੀਆਂ ਨੂੰ ਵੱਡੀ ਮਾਤਰਾ 'ਚ ਹਥਿਆਰਾਂ ਅਤੇ ਗੱਡੀ ਸਹਿਤ ਗ੍ਰਿਫਤਾਰ ਕੀਤਾ। ਇਸ ਗਰੋਹ ਤੋਂ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ ਜਿਸ ਦਾ ਨੰਬਰ PB08DV2907 ਹੈ। ਇੰਡੀਅਨ ਨੈਸ਼ਨਲ ਓਵਰਸੀਜ਼ ਦੇ ਕਾਂਗਰਸ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਹੈ। ਇੰਡੀਅਨ ਨੈਸ਼ਨਲ ਓਵਰਸੀਜ਼ ਦੇ ਕਾਂਗਰਸ ਪ੍ਰਧਾਨ ਜੁਨੇਦ ਕਾਜ਼ੀ ਨੇ ਅੱਜ ਅਸਤੀਫਾ ਦਿੱਤਾ ਹੈ। ਉਹਨਾਂ ਨੇ ਆਪਣਾ ਅਸਤੀਫਾ ਭਾਰਤ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਦਫ਼ਤਰ ਵਿੱਚ ਭੇਜਿਆ ਹੈ। ਨਾਲ ਹੀ ਉਹਨਾਂ ਨੇ ਕਾਂਗਰਸ ਦੇ ਪ੍ਰਤੀ ਆਪਣਾ ਰੋਸ ਵੀ ਜ਼ਾਹਰ ਕੀਤਾ। ਅਭੀ ਤੱਕ ਸਮਝ ਮੈਂ ਨਹੀਂ ਆ ਰਹਾ ਮੋਦੀ ਜੀ ਪ੍ਰਾਈਮ ਮਿਨਿਸਟਰ ਬਣੇ ਬਿਕੋਜ਼ ਆਫ ਦਾ NRI ਸਪੋਰਟ। ਇਹ ਕਾਂਗਰਸ ਕੋ ਸਮਝ ਮੈਂ ਨਹੀਂ ਆ ਪਾ ਰਹਾ ਔਰ NRIs ਕੋ ਹਮੇਸ਼ਾ ਕਾਂਗਰਸ ਇਗਨੋਰ ਕਰਦੀ ਰਹੀ ਤੋ ਇਸ ਵਜ੍ਹਾ ਸੇ ਮੈਨੇ ਆਪਣਾ ਰੈਜਿਗਨੇਸ਼ਨ ਆਜ ਦਿਆ। ਹਮਕੋ ਬਿਲਕੁਲ ਕੋਈ ਇੰਟੀਮੇਸ਼ਨ ਨਹੀਂ ਥਾ। ਨਿਊਜ਼ ਟਾਈਮਸ ਆਫ ਇੰਡੀਆ ਕੀ ਨਿਊਜ਼ ਸੇ ਪਤਾ ਚਲਾ ਕਿ ਰਾਹੁਲ ਜੀ SPN ਜਾ ਰਹੇ ਹੈ 40 ਰੋਜ਼ ਕੇ ਪ੍ਰੋਗਰਾਮ ਮੈਂ ਤੋ ਹਮਨੇ ਆਪਣੀ ਦੌੜ ਭਾਗ ਸ਼ੁਰੂ ਕਰੀ ਕਿ ਭਈਆ ਹਮਾਰਾ ਲੀਡਰ ਆ ਰਹਾ ਹੈ ਹਮਾਰੇ ਸਪੋਰਟਰਸ ਮੇਰੇ ਪੀਛੇ ਲਗੇ ਕਿ ਭਾਈ ਆਪ ਪ੍ਰੈਸੀਡੈਂਟ ਹੈ ਆਪਕੋ ਮਾਲੂਮ ਹੋਣਾ ਚਾਹੀਏ ਰਾਹੁਲ ਜੀ ਕਹਾਂ ਤੋ ਹਰ ਚੀਜ਼ ਮੈਂ ਹਮਕੋ ਕਿਸੀ ਵੀ ਤਰ੍ਹਾਂ ਕੀ ਇੰਟੀਮੇਸ਼ਨ ਨਹੀਂ ਮਿਲੀ। ਕੈਨੇਡਾ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਪੀਲ ਖੇਤਰ ਦੀ ਪੁਲਿਸ ਮੁਖੀ DGP ਜੈਨੀਫਰ ਈਵਨਜ਼ ਨਾਲ ਵਿਧਾਇਕਾ ਹਰਿੰਦਰ ਮੱਲੀ ਦੀ ਅਗਵਾਈ ਵਿੱਚ ਰਵਿੰਦਰ ਸਿੰਘ ਪੰਨੂ, ਨਵਾਬ ਸਿੰਘ ਹੀਰ, ਸਤਪਾਲ ਸਿੰਘ ਜੌਹਲ,
ਪ੍ਰੀਤ ਪੰਨੂ ਤੇ ਰਾਜਵਿੰਦਰ ਕੌਰ ਨੇ ਬੀਤੇ ਕੱਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਹੈ। ਬ੍ਰੈਂਪਟਨ ਵਿੱਚ ਪੁਲਿਸ ਹੈੱਡਕੁਆਰਟਰ ਵਿਖੇ ਪੁੱਜਣ ਤੇ ਮੀਡੀਆ ਤੇ ਕਾਨੂੰਨੀ ਮਾਹਿਰਾਂ ਦੀ ਇਸ ਡੈਲੀਗੇਸ਼ਨ ਦਾ ਚੀਫ ਈਵਨਜ਼ ਨੇ ਆਪ ਭਰਵਾਂ ਸਵਾਗਤ ਕੀਤਾ ਤੇ ਸਦਭਾਵਨਾ ਵਾਲੇ ਮਾਹੌਲ ਵਿੱਚ ਵਿਸਥਾਰ ਵਿੱਚ ਗੱਲਬਾਤ ਹੋਈ। ਡੈਲੀਗੇਸ਼ਨ ਦੇ ਮੈਂਬਰਾਂ ਨੇ ਆਪਣੀ ਵਾਰੀ ਮੁਤਾਬਕ ਪੁਲਿਸ ਮੁਖੀ ਈਵਨਜ਼ ਦੇ ਧਿਆਨ ਵਿੱਚ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨੂੰ ਪ੍ਰਮੁੱਖਤਾ ਨਾਲ ਲਿਆਂਦਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਯਾਰਕ ਤੋਂ ਅੱਜ ਰਵਾਨਾ ਹੋਏ ਨੇ। ਉਹਨਾਂ ਨੇ ਸੰਯੁਕਤ ਰਾਸ਼ਟਰ ਅਸੈਂਬਲੀ ਵਿੱਚ ਸੰਬੋਧਨ ਕਰਨ ਤੋਂ ਇਲਾਵਾ ਕਈ ਦੇਸ਼ਾਂ ਦੇ ਪ੍ਰਮੁੱਖ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਮਿਲੀ ਖਬਰ ਦੇ ਮੁਤਾਬਕ ਮੋਦੀ ਅੱਜ ਸ਼ਾਮੀ ਭਾਰਤ ਵਾਪਸ ਪਰਤ ਰਹੇ ਨੇ। ਨਿਊਯਾਰਕ ਵਿੱਚ ਭਾਰਤ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਇਰਾਕ ਅਤੇ ਲੀਬੀਆ ਵਿੱਚ ਬੰਧਕ ਬਣਾਏ ਗਏ ਭਾਰਤੀਆਂ ਸੰਬੰਧੀ ਫਲਸਤੀਨ ਨਾਲ ਚਰਚਾ ਕੀਤੀ ਗਈ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਅੱਜ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਨੇ ਮੁਲਾਕਾਤ ਦੌਰਾਨ ਇਰਾਕ ਵਿੱਚ ਬੰਦੀ ਬਣਾਏ ਗਏ 39 ਭਾਰਤੀਆਂ ਅਤੇ ਲੀਬੀਆ ਵਿੱਚ ਬੰਦੀ ਬਣਾਏ ਗਏ ਭਾਰਤੀਆਂ ਦੇ ਮੁੱਦੇ ਉੱਤੇ ਚਰਚਾ ਕੀਤੀ ਹੈ। ਭਾਰਤ ਕੇ ਪ੍ਰਧਾਨ ਮੰਤਰੀ ਨੇ ਫਲਸਤੀਨ ਕੇ ਜੋ ਰਾਸ਼ਟਰਪਤੀ ਹੈ ਮਹਿਮੂਦ ਅੱਬਾਸ ਜੀ ਉਨਕੇ ਸਾਥ ਮੁਲਾਕਾਤ ਕੀ। ਮੁਲਾਕਾਤ ਕੇ ਦੌਰਾਨ ਜੋ 39 ਭਾਰਤੀਯ ਬੰਧਕ ਬਣਾ ਲਏ ਗਏ ਹੈ ਇਰਾਕ ਮੇਂ ਔਰ ਜੋ ਕੁਛ ਭਾਰਤੀਯ ਲੀਬੀਆ ਮੇਂ ਬੰਧਕ ਬਣਾ ਲਏ ਗਏ ਹੈ ਉਨਕੇ ਉਨ ਪਰ ਚਰਚਾ ਹੋਈ ਔਰ ਪ੍ਰਧਾਨ ਮੰਤਰੀ ਨੇ ਅੱਬਾਸ ਜੀ ਸੇ ਅਨੁਰੋਧ ਕੀਆ ਕਿ ਉਨਕੇ ਪਾਸ ਇਸ ਵਿਸ਼ੇ ਮੇਂ ਜੋ ਕੁਛ ਵੀ ਇਨਫਾਰਮੇਸ਼ਨ ਅਵੇਲੇਬਲ ਹੈ ਵੋ ਹਮਾਰੇ ਸਾਥ ਸ਼ੇਅਰ ਕੀਏ ਜਾਏ। ਫਲਸਤੀਨ ਕੇ ਰਾਸ਼ਟਰਪਤੀ ਨੇ ਕਿਹਾ ਕਿ ਇਸ ਵਿਸ਼ੇ ਪਰ ਭਾਰਤ ਔਰ ਫਲਸਤੀਨ ਕੇ ਅਧਿਕਾਰੀਓ ਕੇ ਬੀਚ ਮੇਂ ਲਗਾਤਾਰ ਸੂਚਨਾ ਕੇ ਆਦਾਨ ਪ੍ਰਦਾਨ ਹੋਤਾ ਰਹਾ ਹੈ ਔਰ ਜੈਸੇ ਹੀ ਉਨ੍ਹੇ ਕੋਈ ਨਏ ਤੱਥ ਸਾਹਮਣੇ ਆਤੇ ਹੈ ਜੋ 39 ਭਾਰਤੀਓ ਕੇ ਬਾਰੇ ਮੇਂ ਕੁਛ ਔਰ ਹਮੇ ਨਈ ਜਾਣਕਾਰੀ ਦੇ ਸਕੇ। ਜਹਾਂ ਤੱਕ ਉਨਕਾ ਖਿਆਲ ਹੈ ਯੇ ਅਭੀ ਤੱਕ ਜ਼ਿੰਦਾ ਹੈ ਔਰ ਵਹੀ ਬੰਧਕ ਬਣਾਏ ਗਏ ਹੈ ਲੇਕਿਨ ਉਨ੍ਹਾਂ ਜੈਸੇ ਹੀ ਕੋਈ ਨਏ ਤੱਥ ਆਏਂਗੇ ਵੋ ਭਾਰਤੀਯ ਅਥਾਰਟੀਜ਼ ਕੇ ਸਾਥ ਸ਼ੇਅਰ ਕਰੇਂਗੇ ਤਾਂ ਕਿ ਹਮ ਉਨਕੀ ਜਲਦੀ ਰਿਹਾਈ ਕੇ ਲੀਏ ਪ੍ਰਯਤਨ ਕਰ ਸਕੇ। ਨੇਪਾਲ ਵਿੱਚ ਕੇਬਲ ਟੀਵੀ ਆਪਰੇਟਰ ਨੇ ਭਾਰਤੀ ਟੀਵੀ ਚੈਨਲਾਂ ਨੂੰ ਅਨਿਸ਼ਚਿਤ ਸਮੇਂ ਤੱਕ ਬਲੈਕਆਊਟ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸੰਵਿਧਾਨ ਦਾ ਵਿਰੋਧ ਕਰ ਰਹੇ ਮੱਧ ਏਸ਼ੀਆ ਦੇ ਭਾਰਤੀ ਸਰਹੱਦ ਨਾਲ ਲੱਗੀ ਇੱਕ ਵਪਾਰਕ ਚੌਂਕੀ ਨੂੰ ਬੰਦ ਕਰਨ ਤੋਂ ਬਾਅਦ ਲਿਆ ਗਿਆ ਹੈ। ਇਸ ਨਾਲ ਮੱਧ ਏਸ਼ੀਆ ਅਤੇ ਮੈਦਾਨੀ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਖਿਲਾਫ਼ ਜਵਾਬੀ ਕਾਰਵਾਈ ਮੰਨੀ ਜਾ ਰਹੀ ਹੈ। ਕੇਬਲ ਆਪਰੇਟਰਾਂ ਨੇ ਸੋਮਵਾਰ ਨੂੰ ਕਾਠਮੰਡੂ ਵਿੱਚ ਇੱਕ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ। ਇਸ ਵਿੱਚ ਫੈਸਲਾ ਕੀਤਾ ਗਿਆ ਕਿ ਮੰਗਲਵਾਰ ਸਵੇਰੇ 10 ਵਜੇ ਤੋਂ ਭਾਰਤੀ ਚੈਨਲ ਨਹੀਂ ਦਿਖਾਏ ਜਾਣਗੇ। ਨੇਪਾਲੀ ਅਧਿਕਾਰੀਆਂ ਮੁਤਾਬਕ ਇਹ ਫੈਸਲਾ ਇਸ ਕਰਕੇ ਲਿਆ ਗਿਆ ਕਿ ਭਾਰਤ ਨੇਪਾਲ ਦੇ ਫੈਸਲਿਆਂ ਵਿੱਚ ਦਖਲ ਦੇ ਰਿਹਾ ਹੈ। ਉਧਰ ਖਬਰ ਨਵੀਂ ਦਿੱਲੀ ਤੋਂ ਹੈ। 26/11 ਦੇ ਹਮਲੇ ਤੋਂ ਬਾਅਦ ਦੇਸ਼ ਦੇ ਸਮੁੰਦਰੀ ਇਲਾਕਿਆਂ ਨੂੰ ਸੁਰੱਖਿਅਤ ਬਣਾਉਣ ਦੀ ਦਿਸ਼ਾ ਵਿੱਚ ਨੇਵੀ ਨੇ ਵੱਡਾ ਕਦਮ ਚੁੱਕਿਆ ਹੈ। 30 ਸਤੰਬਰ ਨੂੰ ਕੋਲਕਾਤਾ ਸ਼੍ਰੇਣੀ ਦਾ ਲੜਾਕੂ ਜਹਾਜ਼ INS ਕੋਚੀ ਨੇਵੀ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਉਸ ਤੋਂ ਪਹਿਲਾਂ ਅੱਜ 3 ਹਾਈ ਸਪੀਡ ਬੇੜੀਆਂ ਸਮੁੰਦਰ ਵਿੱਚ ਤਾਇਨਾਤ ਹੋਣ ਵਾਲੀਆਂ ਨੇ। ਹੁਣ ਜੇ 26/11 ਵਰਗਾ ਹਮਲਾ ਦੁਹਰਾਉਣ ਦੀ ਕੋਸ਼ਿਸ਼ ਹੋਈ ਤਾਂ ਸਮੁੰਦਰ ਕਿਨਾਰੇ ਪਹੁੰਚਣ ਤੋਂ ਪਹਿਲਾਂ ਹੀ ਅੱਤਵਾਦੀਆਂ ਨੂੰ ਹਲਾਕ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ INS ਕੋਚੀ ਵਿੱਚ ਆਧੁਨਿਕ ਰਾਡਾਰ ਸਿਸਟਮ ਲਗਾਇਆ ਗਿਆ ਹੈ ਜੋ ਦੁਸ਼ਮਣ ਦੀ ਮਿਜ਼ਾਈਲ ਨੂੰ ਚਕਮਾ ਦੇਣ ਦੇ ਸਮਰੱਥ ਹੈ। ਰਾਖਵਾਂਕਰਨ ਮੁੱਦੇ ਉੱਤੇ ਲਾਲੂ ਪ੍ਰਸਾਦ ਯਾਦਵ ਨੇ ਇੱਕ ਵਾਰ ਫਿਰ ਭਾਜਪਾ ਅਤੇ RSS 'ਤੇ ਹਮਲਾ ਕੀਤਾ ਹੈ। ਲਾਲੂ ਨੇ ਕਿਹਾ ਕਿ ਚਾਹੇ ਉਹਨਾਂ ਨੂੰ ਫਾਂਸੀ ਦੇ ਦੇਵੋ ਪਰ ਉਹ ਲੜਾਈ ਨਹੀਂ ਛੱਡਣਗੇ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੇ ਤਾਂ ਭਾਗਵਤ ਨੂੰ ਭਾਰਤ ਰਤਨ ਦੇ ਦੇਣ। ਵਰਣਨਯੋਗ ਹੈ ਕਿ RSS ਦੇ ਮੁਖੀ ਭਾਗਵਤ ਨੇ ਰਾਖਵਾਂਕਰਨ 'ਤੇ ਬਿਆਨ ਦਿੱਤਾ ਸੀ ਕਿ ਰਾਖਵਾਂਕਰਨ ਉੱਤੇ ਦੁਬਾਰਾ ਵਿਚਾਰ ਹੋਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਨੇ ਕਿਹਾ ਸੀ ਕਿ RSS ਤੇ ਭਾਜਪਾ ਰਾਖਵਾਂਕਰਨ ਖਤਮ ਕਰਨ ਦਾ ਕਿੰਨਾ ਵੀ ਮਾਹੌਲ ਬਣਾ ਲੈਣ, ਪਰ ਦੇਸ਼ ਦਾ 80% ਦਲਿਤ ਤੇ ਪਛੜਿਆ ਵਰਗ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵੇਗਾ। ਭਾਰਤ ਤੇ ਦੱਖਣੀ ਅਫਰੀਕਾ ਦੀਆਂ ਕ੍ਰਿਕਟ ਟੀਮਾਂ ਨੇ ਧਰਮਸ਼ਾਲਾ ਦੇ ਕ੍ਰਿਕਟ ਮੈਦਾਨ ਵਿੱਚ ਪਸੀਨਾ ਵਹਾਇਆ ਏ। 3 T20, 5 ਇੱਕ ਰੋਜ਼ਾ ਅਤੇ 4 ਟੈਸਟ ਮੈਚਾਂ ਦੀ ਕ੍ਰਿਕਟ ਸੀਰੀਜ਼ ਲਈ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਕ੍ਰਿਕਟ ਟੀਮਾਂ ਧਰਮਸ਼ਾਲਾ ਦੇ ਮੈਦਾਨ ਵਿੱਚ ਪਸੀਨਾ ਵਹਾ ਰਹੀਆਂ ਨੇ। 2 ਮਹੀਨੇ ਇਹ ਲੰਮੀ ਕ੍ਰਿਕਟ ਸੀਰੀਜ਼ ਧਰਮਸ਼ਾਲਾ ਵਿੱਚ 2 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਮੌਕੇ ਭਾਰਤੀ ਕ੍ਰਿਕਟ ਟੀਮ ਨੇ ਪੱਤਰਕਾਰਾਂ ਨਾਲ ਆਪਣੀ ਗੱਲ ਸਾਂਝੀ ਕੀਤੀ ਹੈ। ਦੱਸਣਾ ਬਣਦਾ ਹੈ ਕਿ ਦੱਖਣੀ ਅਫਰੀਕਾ ਦੀ ਟੀਮ ਐਤਵਾਰ ਨੂੰ ਭਾਰਤ ਪਹੁੰਚ ਚੁੱਕੀ ਹੈ। ਇਹ ਕ੍ਰਿਕਟ ਸੀਰੀਜ਼ 7 ਦਸੰਬਰ ਨੂੰ ਖਤਮ ਹੋਏਗੀ। It gives you a really good feeling as a cricketer to play in such a picturesque ground, and you know, there have been some really good matches here for the Indian team and the IPL as well, so yeah, all in all I love coming here and playing in this ground. ਆਕਲੈਂਡ ਵਿੱਚ 22 ਸਾਲਾ ਪਰਮੀਤਾ ਰਾਣੀ ਦੇ ਕਤਲ ਕੇਸ ਵਿੱਚ ਅੱਜ ਆਕਲੈਂਡ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਮਨਦੀਪ ਸਿੰਘ ਨਾਮੀ ਪਰਮੀਤਾ ਰਾਣੀ ਦੇ 29 ਸਾਲਾ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਮਨਦੀਪ ਸਿੰਘ ਵੱਲੋਂ ਆਪਣੀ ਪਤਨੀ ਦਾ ਕਤਲ ਉਦੋਂ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਕਾਲਜ ਵਿੱਚ ਪੇਪਰ ਦੇ ਕੇ ਬਾਹਰ ਆ ਰਹੀ ਸੀ ਅਤੇ ਉਸ ਦੇ ਇੱਕ ਦੋਸਤ ਉੱਤੇ ਵੀ ਕਾਤਲਾਨਾ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਉਹ ਵੀ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਤੋਂ ਬਾਅਦ ਮਨਦੀਪ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਉਸ ਦੀ ਪਤਨੀ ਦੇ ਪਰਮਿੰਦਰ ਸਿੰਘ ਸੰਧੂ ਨਾਮ ਦੇ ਨੌਜਵਾਨ ਦੇ ਨਾਲ ਸੰਬੰਧ ਨੇ। ਇਸੇ ਸ਼ੱਕ ਦੇ ਚੱਕਰ ਦੇ ਵਿੱਚ ਪਤੀ ਵੱਲੋਂ ਆਪਣੀ ਘਰਵਾਲੀ ਪਰਮੀਤਾ ਦਾ ਕਤਲ ਕਰ ਦਿੱਤਾ ਗਿਆ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਮੁਦਰਾ ਕਰਜ਼ਾ ਮੈਗਾ ਯੋਜਨਾ ਦੇ ਵਿੱਚ ਹਾਜ਼ਰੀਨ ਨੂੰ ਸੰਬੋਧਨ ਕਰਨ ਦੇ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਆਪਣੀ ਸਰਕਾਰ ਦਾ ਤੁਲਨਾਤਮਕ ਅਧਿਐਨ ਲੰਘੇ ਵੇਲੇ ਦੀਆਂ ਕਾਂਗਰਸ ਸਰਕਾਰਾਂ ਨਾਲ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਸੀ ਉਸ ਵਕਤ ਫਸਲਾਂ ਬਰਬਾਦ ਹੋਣ ਦੇ ਮੁਆਵਜ਼ੇ ਦੇ ਰੂਪ ਦੇ ਵਿੱਚ ਵੱਧ ਤੋਂ ਵੱਧ 3600 ਜਾਂ 3800 ਰੁਪਇਆ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ, ਜਦਕਿ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਦੇ ਵੱਲੋਂ 8000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਨਾਲ ਹੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹ ਗੱਲ ਕਹੀ ਹੈ ਕਿ ਹੁਣ ਤੱਕ ਸਾਡੀ ਸਰਕਾਰ ਦੇ ਵੱਲੋਂ 28000 ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਨੂੰ ਟਿਊਬਵੈੱਲਾਂ ਦੀ ਬਿਜਲੀ ਮੁਫ਼ਤ ਕਰਨ ਦੇ ਰੂਪ ਦੇ ਵਿੱਚ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਦੀ ਹਰ ਹਾਲ ਮਦਦ ਕਰਨ ਦੇ ਲਈ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਤਿਆਰ ਹੈ। ਫਾਰਮਰ ਦੇ ਹਾਲਾਤ ਪੂਰੇ ਦੇਸ਼ ਵਿੱਚ ਔਖੇ ਨੇ, ਪੰਜਾਬ ਦੇ ਹਾਲਾਤ ਤਾਂ ਮੈਂ ਫਿਰ ਵੀ ਕਹਿੰਦੀ ਹਾਂ, ਜੇ ਤੁਸੀਂ ਵਿਦਰਭ ਅਤੇ ਮਹਾਰਾਸ਼ਟਰ ਅਤੇ ਹੋਰ ਸੂਬਿਆਂ 'ਚ ਦੇਖੋ ਉਸ ਤੋਂ ਕਈ ਗੁਣਾ ਅਜੇ ਸਾਡੇ ਕਿਸਾਨ ਸੌਖੇ ਨੇ। ਅਤੇ ਇਹਦਾ ਕਾਰਨ ਇਕੱਲਾ ਆਹੀ ਹੈ ਕਿ ਜਿਹੜੀ ਸਾਡੀ ਸਰਕਾਰ ਹੈ ਇਹ ਕਿਸਾਨਾਂ ਦੀ ਹਿਮਾਇਤੀ ਸਰਕਾਰ ਹੈ। ਬਾਦਲ ਸਾਹਿਬ ਇਕੱਲੇ ਇੱਕ ਇਹੋ ਜਿਹੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਕਿਸਾਨਾਂ ਦਾ ਬਿਜਲੀ ਪਾਣੀ ਮੁਫ਼ਤ ਕੀਤਾ, ਪਹਿਲਾ ਇਹੋ ਜਿਹਾ ਸੂਬਾ ਜਿਨ੍ਹਾਂ ਨੇ ਇਹ ਕੀਤਾ, ਜਿਹਦੇ ਪਿਛਲੇ 9 ਸਾਲਾਂ ਵਿੱਚ ਅਸੀਂ 28000 ਕਰੋੜ ਰੁਪਏ ਕਿਸਾਨ ਦੇ ਬਿਜਲੀ ਦੇ ਬਿੱਲ ਬਾਦਲ ਸਾਹਿਬ ਨੇ ਭਰੇ ਨੇ। ਪੰਜਾਬ ਦੀਆਂ ਜੇਲ੍ਹਾਂ ਵਿੱਚ ਲਗਭਗ ਹਰ ਹਫ਼ਤੇ ਕਿਸੇ ਨਾ ਕਿਸੇ ਕੈਦੀ ਦੀ ਮੌਤ ਹੋਣ ਦੀ ਖ਼ਬਰ ਆ ਜਾਂਦੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੀ ਜੇਲ੍ਹ ਦੇ ਨਾਲ ਜੁੜਿਆ ਹੋਇਆ ਹੈ, ਜਿੱਥੇ ਇੱਕ ਨੌਜਵਾਨ ਕੈਦੀ ਜਿਸ ਦੀ ਉਮਰ 22 ਸਾਲ ਸੀ ਅਤੇ ਜਿਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜੇਲ੍ਹ ਵਿੱਚ ਬੰਦ ਇਸ ਨੌਜਵਾਨ ਦੀ ਹਾਲਤ ਵਿਗੜ ਗਈ ਅਤੇ ਮਾਪਿਆਂ ਨੂੰ ਉਸ ਵਕਤ ਪਤਾ ਲੱਗਾ ਜਦੋਂ ਪੁੱਤਰ ਨੂੰ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਮ੍ਰਿਤਕ ਦੀ ਮਾਤਾ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਇਸ ਗੱਲ ਦਾ ਪੂਰਾ ਸ਼ੱਕ ਹੈ ਕਿ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੇ ਪੁੱਤਰ ਦੇ ਉੱਤੇ ਤਸ਼ੱਦਦ ਕੀਤਾ ਗਿਆ ਹੈ, ਜਿਸ ਕਰਕੇ ਉਸ ਨੇ ਦਮ ਤੋੜ ਦਿੱਤਾ ਹੈ। ਮ੍ਰਿਤਕ ਦੀ ਮਾਤਾ ਨੇ ਇਹ ਵੀ ਗੱਲ ਕਹੀ ਹੈ ਕਿ ਜਿੰਨੀ ਦੇਰ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ
ਉਨੀ ਦੇਰ ਉਹ ਚੁੱਪ ਰਹਿਣ ਵਾਲੇ ਨਹੀਂ। ਇਹਨਾਂ ਚੰਗਾ ਭਲਾ ਘਰੋਂ ਲਿਆਂਦਾ ਵਾ, ਇਹਨਾਂ ਨੇ ਪਤਾ ਨਹੀਂ ਕੀ ਕੁਛ ਉੱਥੇ 50 ਕੈਪਸੂਲ ਪਾ ਦਿੱਤੇ, ਕਦੀ ਕੁਛ ਪਾ ਦਿੰਦੇ, ਫਿਰ ਇਹਨਾਂ ਨੇ ਇੱਕ ਤਰੀਕੋਂ ਗਿਆ ਹਾਜ਼ਰਿਆ, ਮੈਂ ਤਰੀਕ 'ਤੇ ਘੱਲਣ ਵਾਲੀ। ਮੈਂ ਕਿਹਾ ਪੁੱਤ ਤੂੰ ਜਾ ਤਰੀਕ 'ਤੇ, ਕੁਛ ਨਹੀਂ ਤੈਨੂੰ ਕਹਿੰਦੇ ਇੱਕ ਤਰੀਕ ਤੋਂ, ਤੈਨੂੰ ਇਹਨਾਂ ਕੀ ਕਹਿਣਾ, ਇਹਨਾਂ ਮੇਰਾ ਬੱਚਾ ਫਿਰ ਨਾ ਫੜ ਕੇ ਰੱਖ ਲਿਆ ਵਾ। ਪੁਲਿਸ ਵਾਲੇ ਕੋਈ ਹੁਣ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਆ, ਇਹਨਾਂ ਚੁੱਪ ਕਰਕੇ ਮੁੰਡਾ ਮੇਰਾ ਇੱਥੇ ਲਿਆ ਕੇ ਰੱਖ ਦਿੱਤਾ। ਬੇਸ਼ੱਕ ਕੇਂਦਰ ਸਰਕਾਰ ਦੇ ਵੱਲੋਂ ਪਿਛਲੇ ਲਗਭਗ 4 ਦਹਾਕਿਆਂ ਤੋਂ ਲਟਕ ਰਹੀ ਸਾਬਕਾ ਫੌਜੀਆਂ ਦੀ ਵਨ ਰੈਂਕ ਵਨ ਪੈਨਸ਼ਨ ਦੀ ਮੰਗ ਦੇ ਉੱਤੇ ਗੌਰ ਫਰਮਾਈ ਕੀਤੀ ਗਈ ਹੈ, ਪਰ ਫਿਰ ਵੀ ਸਾਬਕਾ ਫੌਜੀਆਂ ਦੇ ਇੱਕ ਵੱਡੇ ਹਿੱਸੇ ਦੇ ਵੱਲੋਂ ਇਸ ਐਲਾਨ ਦੇ ਉੱਤੇ ਅਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਤਾਜ਼ਾ ਖਬਰ ਗੁਰਦਾਸਪੁਰ ਜ਼ਿਲ੍ਹੇ ਤੋਂ ਆਈ ਹੈ, ਜਿੱਥੇ ਸਾਬਕਾ ਫੌਜੀਆਂ ਦੇ ਵੱਲੋਂ ਇੱਕ ਰੈਂਕ ਇੱਕ ਪੈਨਸ਼ਨ ਮਾਮਲੇ ਦੇ ਉੱਤੇ ਪਿਛਲੇ 99 ਦਿਨਾਂ ਤੋਂ ਭੁੱਖ ਹੜਤਾਲ ਕੀਤੀ ਹੋਈ ਹੈ ਅਤੇ ਇਹ ਹੜਤਾਲ ਹੁਣ 100ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕੀ ਹੈ। ਗੁਰਦਾਸਪੁਰ ਦੇ ਸੈਨਿਕ ਭਲਾਈ ਦਫ਼ਤਰ ਵਿਖੇ ਸਾਬਕਾ ਫੌਜੀ ਅਫਸਰਾਂ ਵੱਲੋਂ ਯੂਨਾਈਟਿਡ ਫਰੰਟ ਆਫ ਐਕਸ ਸਰਵਿਸ ਮੈਨ ਦੇ ਝੰਡੇ ਹੇਠ ਰੈਲੀ ਕੀਤੀ ਗਈ, ਜਿਸ ਵਿੱਚ ਸਾਬਕਾ ਫੌਜੀ ਅਫਸਰਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਕੋਲੋਂ ਮੰਗ ਕੀਤੀ ਗਈ ਕਿ ਉਹ ਆਪਣੇ ਵਾਅਦੇ ਮੁਤਾਬਕ ਜਲਦੀ ਤੋਂ ਜਲਦੀ ਵਨ ਰੈਂਕ ਵਨ ਪੈਨਸ਼ਨ ਨੂੰ ਲਾਗੂ ਕਰਨ, ਕਿਉਂਕਿ ਨਹੀਂ ਤਾਂ ਜਿਹੜੇ ਫੌਜੀ ਦੇਸ਼ ਦੀ ਸਰਹੱਦਾਂ ਅਤੇ ਦੇਸ਼ ਦੀ ਰਾਖੀ ਕਰਦਿਆਂ ਕੁਰਬਾਨੀ ਦਿੰਦੇ ਨੇ ਉਹ ਆਪਣੇ ਹੱਕਾਂ ਲਈ ਵੀ ਕੁਰਬਾਨ ਹੋ ਜਾਣਗੇ। ਇਸ ਮੌਕੇ 'ਤੇ ਸਾਬਕਾ ਫੌਜੀਆਂ ਨੇ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕਰਦਿਆਂ ਸੈਨਿਕ ਭਲਾਈ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਜਾਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ 'ਤੇ ਸਾਬਕਾ ਫੌਜੀਆਂ ਨੇ ਕਿਹਾ ਕਿ ਉਹ ਹੁਣ ਮੋਟਰਸਾਈਕਲ ਰੈਲੀਆਂ ਕੱਢਣਗੇ ਅਤੇ ਪਿੰਡਾਂ ਕਸਬਿਆਂ ਵਿੱਚ ਜਾ ਕੇ ਸਾਬਕਾ ਫੌਜੀਆਂ ਨੂੰ ਲਾਮਬੰਦ ਕੀਤਾ ਜਾਵੇਗਾ। 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦੇ ਜਯੰਤੀ ਦੇ ਅਵਸਰ ਦੇ ਉੱਤੇ ਯੂਨਾਈਟਿਡ ਫਰੰਟ ਆਫ ਐਕਸ ਸਰਵਿਸਮੈਨ ਵੱਲੋਂ ਜੰਤਰ ਮੰਤਰ ਦਿੱਲੀ ਔਰ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਰੋਸ ਰੈਲੀਆਂ ਔਰਗਨਾਈਜ਼ ਕੀਤੀਆਂ ਜਾ ਰਹੀਆਂ ਨੇ ਔਰ ਇਸੇ ਦੇ ਤਹਿਤ ਗੁਰਦਾਸਪੁਰ ਦੇ ਵਿੱਚ ਵੀ ਮੋਟਰਸਾਈਕਲ ਰੈਲੀ ਔਰਗਨਾਈਜ਼ ਕੀਤੀ ਜਾ ਰਹੀ ਹੈ। ਪੰਜਾਬ ਦੀ ਕਿਸਾਨੀ ਨੂੰ ਹਰ ਰੋਜ਼ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਹਰ ਰੋਜ਼ ਕੋਈ ਨਾ ਕੋਈ ਖਬਰ ਇਸ ਮੁਤਲਕ ਸਾਹਮਣੇ ਆ ਹੀ ਜਾਂਦੀ ਹੈ। ਕਦੇ ਮੌਸਮ ਦੀ ਮਾਰ, ਕਦੇ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਅਣਦੇਖੀ, ਕਦੇ ਲਾਗਤ ਮੁੱਲ ਦਾ ਪੂਰਾ ਨਾ ਹੋਣਾ ਅਤੇ ਕਦੇ ਜ਼ਮੀਨਾਂ ਦੇ ਸੁੰਘਣ ਦੀ ਕਹਾਣੀ ਕਿਸਾਨਾਂ ਦੇ ਮੱਥੇ ਦੇ ਉੱਤੇ ਤਰੇਲੀਆਂ ਲੈ ਆਉਂਦੀ ਹੈ। ਹੁਣ ਬੇਸ਼ੱਕ 1 ਅਕਤੂਬਰ ਤੋਂ ਸਰਕਾਰੀ ਤੌਰ ਦੇ ਉੱਤੇ ਅਨਾਜ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਦਾ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਹੈ, ਪਰ ਪੰਜਾਬ ਦੀ ਕਿਸਾਨੀ ਇੱਕ ਵਾਰ ਫਿਰ ਪਰੇਸ਼ਾਨੀ ਦੇ ਆਲਮ ਵਿੱਚੋਂ ਗੁਜ਼ਰ ਰਹੀ ਹੈ। ਕਾਰਨ ਇਸ ਪਿੱਛੇ ਇਹ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਬਾਸਮਤੀ ਜੀਰੀ ਦਾ ਮੁੱਲ 3,000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਮਿਲਿਆ ਸੀ, ਜਿਹੜਾ ਕਿ ਹੁਣ ਲਗਭਗ 1,300 ਰੁਪਇਆ ਮੁਕਰਰ ਕੀਤਾ ਗਿਆ ਹੈ। ਇਸੇ ਕਰਕੇ ਪੰਜਾਬ ਦੀ ਕਿਸਾਨੀ ਪਰੇਸ਼ਾਨ ਹੈ ਕਿ ਉਹਨਾਂ ਦਾ ਲਾਗਤ ਮੁੱਲ ਵੀ ਬੜੀ ਮੁਸ਼ਕਲ ਦੇ ਨਾਲ ਪੱਲੇ ਪੈਂਦਾ ਹੈ। ਪੰਜਾਬ ਸਰਕਾਰ ਵੱਲੋਂ ਭਾਵੇਂ ਲੱਖ ਦਾਅਵੇ ਕੀਤੇ ਜਾ ਰਹੇ ਨੇ ਕਿ ਧਰਤੀ ਦੇ ਨੀਚੇ ਜਾ ਰਹੇ ਪਾਣੀ ਦੇ ਲੈਵਲ ਨੂੰ ਸੁਰੱਖਿਅਤ ਰੱਖਿਆ ਜਾਵੇ, ਪਰ ਪੰਜਾਬ ਦੇ ਕਿਸਾਨਾਂ ਵੱਲੋਂ 1509 ਬਾਸਮਤੀ ਜੀਰੀ ਬੀਜੀ ਗਈ ਸੀ ਅਤੇ ਇਹ ਘੱਟ ਖਰਚਾ ਅਤੇ ਘੱਟ ਲਾਗਤ ਨਾਲ ਤਿਆਰ ਕੀਤੀ ਜਾਂਦੀ ਸੀ ਅਤੇ ਇਹ ਜੀਰੀ 90 ਦਿਨਾਂ ਵਿੱਚ ਤਿਆਰ ਹੋ ਜਾਂਦੀ ਸੀ ਅਤੇ ਬਾਅਦ ਵਿੱਚ ਸਰਕਾਰ ਵੱਲੋਂ 1509 ਬਾਸਮਤੀ ਜੀਰੀ 'ਤੇ ਰੋਕ ਲਗਾ ਦਿੱਤੀ ਗਈ ਅਤੇ ਹੁਣ ਕਿਸਾਨ 244 ਜੀਰੀ ਬੀਜਦੇ ਨੇ ਅਤੇ ਇਹ ਵੱਧ ਖਰਚੇ ਅਤੇ ਵੱਧ ਪਾਣੀ ਦੀ ਲਾਗਤ ਤੋਂ ਇਲਾਵਾ 6 ਮਹੀਨੇ ਤੋਂ ਬਾਅਦ ਇਹ ਫਸਲ ਤਿਆਰ ਹੁੰਦੀ ਹੈ ਅਤੇ ਦਿਨੋ ਦਿਨ ਹੁਣ ਪਾਣੀ ਦਾ ਲੈਵਲ ਵੀ ਨੀਚੇ ਜਾ ਰਿਹਾ। ਏਸ਼ੀਆ ਦੀ ਦੂਜੇ ਨੰਬਰ 'ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਮੰਡੀ ਵਿੱਚ ਬਾਸਮਤੀ ਜੀਰੀ ਦੀ ਖਰੀਦ ਸ਼ੁਰੂ ਕੀਤੀ ਗਈ, ਜਿਸ ਦਾ ਸਮਰਥਨ ਮੁੱਲ 1200 ਤੋਂ ਲੈ ਕੇ 1300 ਤੱਕ ਹੀ ਕਿਸਾਨਾਂ ਨੂੰ ਦਿੱਤਾ ਗਿਆ, ਪਰ ਕਿਸਾਨ ਕਾਫੀ ਨਿਰਾਸ਼ ਹਨ ਕਿ ਪਹਿਲਾਂ ਬਾਸਮਤੀ ਦਾ 3,000 ਰੁਪਏ ਕੁਇੰਟਲ ਦਾ ਮੁੱਲ ਮਿਲਦਾ ਸੀ, ਹੁਣ 1200 ਤੱਕ ਰਹਿ ਗਿਆ ਅਤੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਬਾਸਮਤੀ ਦੇ ਮੁੱਲ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਆਉਣ ਵਾਲੇ ਸਮੇਂ ਵਿੱਚ ਬਾਸਮਤੀ ਜੀਰੀ ਬੀਜਣੀ ਬੰਦ ਕਰ ਦੇਣੀ ਹੈ, ਕਿਉਂਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਬਾਸਮਤੀ ਜੀਰੀ ਦਾ ਸਮਰਥਨ ਮੁੱਲ ਨਹੀਂ ਮਿਲ ਰਿਹਾ। ਜੇਕਰ ਸਾਰੇ ਕਿਸਾਨ ਪੂਸਾ ਜੀਰੀ ਦੀ ਬਿਜਾਈ ਕਰਨ ਲੱਗ ਜਾਣਗੇ ਤਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਦਾ ਪੱਧਰ ਘੱਟ ਜਾਵੇਗਾ ਅਤੇ ਲੋਕ ਪੀਣ ਵਾਲੇ ਪਾਣੀ ਲਈ ਵੀ ਮੁਹਤਾਜ ਹੋ ਜਾਣਗੇ। ਬਹੁਤ ਅੱਛੇ ਪ੍ਰਬੰਧ ਨੇ ਸਰਕਾਰ ਦੇ,
ਨਾ ਕਿਸੇ ਕੋਈ ਜ਼ਿਮੀਦਾਰ ਨੂੰ ਦਿੱਕਤ ਹੈ, ਨਾ ਕਿਸੇ ਆੜ੍ਹਤੀ ਨੂੰ ਦਿੱਕਤ ਹੈ, ਨਾ ਕਿਸੇ ਵਪਾਰੀ ਖਰੀਦਦਾਰ ਨੂੰ ਦਿੱਕਤ ਹੈ। ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ। ਇਹ ਇੰਟਰਨੈਸ਼ਨਲ ਮਾਰਕੀਟ 'ਚ ਮੰਦਾ ਹੈ, ਚੌਲਾਂ ਦਾ ਗਾਹਕ ਨਹੀਂ ਕੋਈ, ਡਿਮਾਂਡ ਨਹੀਂ, ਇਸ ਕਰਕੇ ਇਹ ਮੰਦਾ ਹੈ। ਇਹ ਪਿਛਲੇ ਸਾਲ ਬੰਪਰ ਕ੍ਰੋਪ ਸੀ, ਲੋਕਾਂ ਦੇ ਅੰਦਾਜ਼ੇ ਕੁਛ ਹੋਰ ਸੀ, ਬਣ ਗਿਆ ਕੁਛ ਹੋਰ। ਇੰਟਰਨੈਸ਼ਨਲ ਮਾਰਕੀਟ 'ਚ ਮੰਦਾ ਹੋਣ ਕਾਰਨ ਸਾਰੇ ਵਪਾਰੀ ਬਰਬਾਦ ਹੋ ਗਏ। ਹਾਂਜੀ, ਪਿਛਲੇ ਸਾਲ ਇਹ ਜੀਰੀ 2800 ਨੂੰ ਵਿਕਦੀ, ਜਿਹੜੀ ਅੱਜ ਡਬਲ ਪੱਖਾ ਲਾਉਣਾ ਪੈ ਗਿਆ, ਉਹ ਵੀ ਡਬਲ ਪੱਖੇ 'ਤੇ 1330 ਰੁਪਏ ਵਿਕੀ ਆ। ਅਤੇ ਪਿਛਲੇ ਸਾਲ ਨਾਲੋਂ ਜ਼ਿਮੀਦਾਰ ਨੂੰ ਵੀ ਅਤੇ ਆੜ੍ਹਤੀ ਨੂੰ ਬਹੁਤ ਵੱਡਾ ਲੌਸ ਹੈ। ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਉੱਤੇ ਭੁੱਖ ਹੜਤਾਲ ਦੇ ਉੱਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਹਾਲਤ ਨਾਜ਼ੁਕ ਦੌਰ ਦੇ ਵਿੱਚ ਪਹੁੰਚ ਚੁੱਕੀ ਹੈ। ਬੇਸ਼ੱਕ ਕੁਝ ਦਿਨ ਪਹਿਲਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਇਲਾਜ ਦੀ ਖਾਤਰ ਚੰਡੀਗੜ੍ਹ ਦੇ PGI ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਬਾਪੂ ਸੂਰਤ ਸਿੰਘ ਖਾਲਸਾ ਨੇ ਉੱਥੇ ਵੀ ਇਸ ਗੱਲ ਦੀ ਵਿਰੋਧਤਾ ਕੀਤੀ ਸੀ ਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਕੁਝ ਖਾਣ ਪੀਣ ਦੇ ਲਈ ਜੋ ਮਜਬੂਰ ਕੀਤਾ ਜਾ ਰਿਹਾ ਹੈ, ਇਹ ਉਹਨਾਂ ਦੇ ਨਾਲ ਸਰਾਸਰ ਧੱਕੇਸ਼ਾਹੀ ਹੈ। ਤਾਜ਼ਾ ਮਾਮਲਾ ਇਹ ਸਾਹਮਣੇ ਆਇਆ ਹੈ ਕਿ ਬਾਪੂ ਸੂਰਤ ਸਿੰਘ ਖਾਲਸਾ ਦੇ ਪੁੱਤਰ ਨੇ ਸਥਾਨਕ SSP ਦੇ ਉੱਤੇ ਦੋਸ਼ ਲਗਾਏ ਨੇ ਕਿ ਉਹਨਾਂ ਵੱਲੋਂ ਉਹਨਾਂ ਨੂੰ ਆਪਣੇ ਬਾਪ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਜਾਣਕਾਰੀ ਇਹ ਵੀ ਮਿਲੀ ਹੈ ਕਿ ਬਾਪੂ ਸੂਰਤ ਸਿੰਘ ਖਾਲਸਾ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਹੈ। ਬੱਚੇ ਰੱਬ ਦਾ ਰੂਪ ਹੁੰਦੇ ਨੇ ਅਤੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਉਹਨਾਂ ਦੇ ਮਨ ਦੀ ਸਥਿਤੀ ਕਿਹੋ ਜਿਹੀ ਹੁੰਦੀ ਹੈ, ਇਹ ਸਿਰਫ ਉਹੀ ਬਿਆਨ ਕਰ ਸਕਦੇ ਨੇ। ਪਰ ਸ਼ਹਿਰਾਂ ਦੇ ਵਿੱਚ ਥਾਂ ਥਾਂ ਦੇ ਉੱਤੇ ਬਾਲ ਨਿਕੇਤਨ ਘਰ ਜੋ ਬਣੇ ਹੋਏ ਨੇ, ਉੱਥੇ ਜਿਹੜੇ ਬੱਚੇ ਛੱਡ ਕੇ ਜਾਏ ਜਾਂਦੇ ਨੇ, ਕਈ ਵਾਰ ਇਸ ਖਬਰ ਦੇ ਉੱਤੇ, ਕਈ ਵਾਰ ਇਸ ਮਾਮਲੇ ਦੇ ਉੱਤੇ ਹੈਰਾਨ ਹੋਏ ਬਿਨਾਂ ਨਹੀਂ ਰਿਹਾ ਜਾ ਸਕਦਾ। ਪਟਿਆਲਾ ਦੇ ਲਾਹੌਰੀ ਗੇਟ ਲਾਗੇ ਬਾਲ ਨਿਕੇਤਨ ਵਿੱਚ ਅੱਜ ਸਵੇਰੇ ਸਵੇਰੇ ਕੋਈ 2.5 ਮਹੀਨੇ ਦੀ ਬੱਚੀ ਨੂੰ ਛੱਡ ਗਿਆ ਏ। ਇਸ ਮਾਮਲੇ ਦੇ ਉੱਤੇ ਸਥਾਨਕ ਅਧਿਕਾਰੀਆਂ ਦਾ ਅਤੇ ਬਾਲ ਨਿਕੇਤਨ ਦੇ ਕਰਮਚਾਰੀਆਂ ਦਾ ਇਹ ਕਹਿਣਾ ਏ ਕਿ ਉਹਨਾਂ ਦੇ ਵੱਲੋਂ ਇਸ ਬੱਚੀ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ, ਬੱਚੀ ਤੰਦਰੁਸਤ ਹੈ। ਸਵੇਰੇ 7 ਵਜੇ ਕੇ ਕਰੀਬ ਯਹਾਂ ਪੇ ਹਮਾਰਾ ਚੌਕੀਦਾਰ ਜਬ ਆਇਆ ਤੋ ਉਸਕੋ ਰੋਨੇ ਕੀ ਆਵਾਜ਼ ਆਈ ਔਰ ਬੈਲ ਵੀ ਵਜੀ ਜੋ ਹਮਾਰੀ ਲੱਗੀ ਹੋਈ ਹੈ ਵਹਾਂ ਪੇ ਬੱਚੇ ਕੇ ਭੰਗੂੜੇ ਕੇ ਸਾਥ, ਭੰਗੂੜੇ ਮੇਂ ਕੋਈ ਬੱਚਾ ਛੋੜ ਕੇ ਚਲਾ ਗਿਆ। ਅੰਦਰ ਜਾ ਕੇ ਦੇਖਿਆ ਇੱਕ ਛੋਟੀ ਸੀ ਗੁੜੀਆ ਥੀ, ਉਹ ਰੋ ਰਹੀ ਥੀ, ਤੋ ਉਸਕੋ ਉਠਾਇਆ, ਉਠਾ ਕੇ ਫਿਰ ਸਾਰੇ ਮੈਟਰਸ ਕੋ ਬੁਲਾਇਆ ਔਰ ਬੱਚੇ ਕੋ ਉਨਕੇ ਹਵਾਲੇ ਕੀਆ। ਇਹ ਸੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਨਵੀਆਂ ਨਕੋਰ ਅਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।